ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਰੁੜ ਕੇ 6 ਨੌਜਵਾਨ ਚਲੇ ਜਾਂਦੇ ਆ ਕਿਉਂਕਿ ਪਿਛਲੇ ਸਵਾ ਮਹੀਨੇ ਤੋਂ ਸੱਤ ਲੋ ਜੜਾਇਆ ਉਹਦੇ ਹੜ ਚੜਦੇ ਤੇ ਲੈਂਦੇ ਪੰਜਾਬ ਨੂੰ ਪਰੇਸ਼ਾਨ ਕੀਤੀ ਬੈਠੇ ਬਹੁਤ ਸਾਰੇ ਮੱਝਾਂ ਤੇ ਲੋਕ ਪਾਕਿਸਤਾਨੋਂ ਰੁੜ ਕੇ ਇਧਰਲੇ ਪਾਸੇ ਵੀ ਆਏ ਅਤੇ ਇਧਰੋਂ ਵੀ ਕਈ ਲੋਕ ਜਿਹੜੇ ਰੁੜ ਕੇ ਉਧਰ ਚਲੇ ਗਏ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਣਾ ਇਹ ਕਾਮ ਗੱਲ ਆ ਪਰ ਜੇ ਕਿਸੇ ਦੀ ਕੋਈ ਮਨਸ਼ਾ ਗਲਤ ਆ ਉਸ ਤਰੀਕੇ ਦੇ ਨਾਲ ਜਾਣਾ ਉਹ ਗਲਤੀ ਤੇ ਉਹ ਸਰਕਾਰਾਂ ਤੇ ਹੋਰ ਜਿਹੜੀਆਂ ਏਜੰਸੀਆਂ ਉਸ ਚੀਜ਼ ਨੂੰ ਦੇਖਦੀਆਂ ਚਾਹੇ ਉਧਰੋਂ ਲੋਕ ਆਉਂਦੇ ਆ ਚਾਹੇ ਇਧਰੋਂ ਉਧਰ ਜਾਂਦੇ ਆ ਤਿੰਨ ਨੌਜਵਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਰੁੜ ਕੇ ਇਸ ਟਾਈਮ ਕਸੂਰ ਦੇ ਵਿੱਚ ਪੁਲਿਸ ਦੇ ਕੋਲ ਨੇ ਉਹ ਹੈਗੇ ਨੇ ਇਸ ਪਿੰਡ ਕਿਲਚੇ ਪਿੰਡ ਦੇ ਫਿਰੋਜ਼ਪੁਰ ਦਾ ਬਾਰਡਰ ਦੇ ਉੱਪਰ ਇਹ ਪਿੰਡ ਨਾਲ ਹੀ ਇਹਦੇ ਸਤਲੁਜ ਦਰਿਆ ਹੈ ਇਸ ਟਾਈਮ ਦੀ ਗੱਲ ਕਰਾਂ ਤੇ ਇਹ ਜਿਹੜਾ ਪਿੰਡ ਆ ਕਿਲਚੇ ਫਿਰ ਪਾਣੀ ਦੇ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਪਿੰਡ ਦੇ ਚਾਰਚ ਫਿਰੇ ਪਾਣੀ ਆ ਆ ਰਸਤੇ ਜਿੱਥੋਂ ਅਸੀਂ ਲੰਘ ਕੇ ਆਏ ਆ ਉਹ ਸੜਕ ਦੇ ਉੱਤੇ ਵੀ ਪਾਣੀ ਆ ਹੁਣ ਅਸੀਂ ਉਸ ਪਰਿਵਾਰ ਦੇ ਕੋਲੇ ਬੈਠ ਦਾ ਨਾਮ ਸ੍ਰੋਜ कौर ਤੇ ਤੁਹਾਡੇ ਪਤੀ ਦਾ ਨਾਮ ਜਗਿੰਦਰ ਸਿੰਘ ਹਾਂ ਜਗਿੰਦਰ ਸਿੰਘ ਦਾ ਇਹ ਪਰਿਵਾਰ ਆ ਜਿਹੜਾ ਜਗਿੰਦਰ ਸਿੰਘ ਤਿੰਨ ਮੁੰਡਿਆਂ ਦੇ ਨਾਲ ਰੁੱੜ ਕੇ ਜਿਹੜਾ ਪਾਕਿਸਤਾਨ ਜਾਂਦਾ ਤੇ ਉਸ ਪਰਿਵਾਰ ਕੋਲੇ ਆਪੇ ਬੈਠੇ ਆ ਕੋਦੀ ਬੇਟੀ ਆ ਇਹ ਉਹਦਾ ਬੇਟਾ ਆ ਉਹਦੀ ਮਾਤਾ ਆ ਜਗਿੰਦਰ ਸਿੰਘ ਦੀ ਤੇ ਉਹਨਾਂ ਦੀ ਪਤਨੀ ਆ ਭੈਣ ਜੀ ਕਿਵੇਂ ਗਏ ਚਲੇ ਉਹ ਪਾਕਿਸਤਾਨ ਕੋਈ ਤੁਹਾਨੂੰ ਪਤਾ ਨੇ ਸਾਨੂੰ ਇਸ ਬਾਰੇ ਤਾਂ ਨਹੀਂ ਪਤਾ ਸੀ ਇੱਥੋਂ ਗਏ ਸੀ ਮਸ਼ੀਨਾਂ ਤੇ ਚਲੇ ਗਏ ਸੀ ਤਿੰਨੇ ਹੀ ਇੱਕ ਡਰਾਈਵਰ ਸੀ ਤੇ ਦੋ ਫੋਰਮੈਨ ਸੀ ਤੇ ਅੱਗੇ ਵੀ ਜਾਂਦੇ ਸੀ ਦੋ ਤਿੰਨ ਤਿੰਨ ਮਹੀਨੇ ਲਾ ਕੇ ਸੀਜ਼ਨ ਤੇ ਆ ਜਾਂਦੇ ਸੀ ਤੇ ਆਂਦੇ ਦਸ 15 ਦਿਨ ਰਹਿ ਕੇ ਅਸੀਂ ਆ ਜਾਂਦੇ ਵੀ ਮਸ਼ੀਨਾਂ ਪੇਰ ਕਰਕੇ ਤੇ ਫਿਰ ਘਰ ਨੂੰ ਚਲੇ ਆਵਾਂਦੇ ਤੇ ਫਿਰ ਦੁਬਾਰੇ ਚਲੇ ਜਾਂਦੇ ਜਦੋਂ ਸੀਜ਼ਨ ਪੱਕ ਗਿਆ ਤਾਂ ਤੇ ਅਸੀਂ ੜੀਕਦੇ ਰਹੇ ਸੀ ਵੀ ਵਾਹ ਵਾਹ ਕਾਫੀ ਟਾਈਮ ਹੋ ਗਏ ਫੋਨ ਕਾਲ ਦਾ ਵੀ ਕਰਦੇ ਰਹੇ ਵੇਟ ਵੀ ਫੋਨ ਕਰਨ ਦੇ ਕਹਿੰਦੇ ਸੀ ਕਰਾਂਗੇ ਅਸੀਂ ਪਰ ਨਹੀਂ ਆਇਆ ਫਿਰ ਅਸੀਂ ਨਾ ਇਥੇ ਪਿੰਡ ਵਿੱਚ ਵੀ ਸਰਪੰਚਾਂ ਮੈਂਬਰਾਂ ਦੀ ਸਲਾਹ ਲਈ ਸਾਰਿਆਂ ਨੂੰ ਪੁੱਛਦੇ ਫਿਰੇ ਉਹਨਾਂ ਕਹਿਆ ਹੁਣ ਇੱਥੇ ਤਾਂ ਲਣੀ ਹੈਗਾ ਤੇ ਤੁਸੀਂ ਸ਼ਹਿਰ ਜਾਓ ਥਾਣੇ ਤੇ ਫਿਰ ਅਸੀਂ ਥਾਣੇ ਚਲੇ ਗਏ ਉੱਥੇ ਵੀ ਰਿਪੋਰਟ ਲਖਾਈ ਸੀ ਕਿਹੜੀ ਤਰੀਕ ਨੂੰ ਤੁਸੀਂ ਥਾਣੇ ਗਏ ਸੀ ਬੇਟਾ ਕਿਹੜੀ ਤਰੀਕ ਹੈ ਖਬਰਾਂ ਆਨ ਤੋਂ ਪਹਿਲਾਂ ਹੀ ਗਏ ਸੀ ਤੇ ਇਹ ਤੋਂ ਘਰੋਂ 27 ਜੁਲਾਈ ਨੂੰ ਗਏ ਸੀ ਅੱਛਾ 27 ਜੁਲਾਈ ਦੇ ਘਰੋਂ ਗਏ ਹੋਏ ਨੇ ਜਾਨੀ ਮਹੀਨਾ ਹੋ ਗਿਆ ਹਾਂਜੀ ਹੋ ਗਿਆ ਮਹੀਨਾ ਮਹੀਨਾ ਪੂਰਾ ਹੋ ਗਿਆ ਹਾਂ ਮਹੀਨਾ ਤੇ ਕੋਈ ਨਸ਼ਾ ਵਗੈਰਾ ਕਰਦਾ ਮਾੜਾ ਮੋਟਾ ਕਰ ਲੈਂਦੇ ਸੀ ਦਾਰੂ ਵੀ ਪੀਂਦੇ ਸੀ ਗੋਲੀਆਂ ਗੁਲੀਆਂ ਖਾ ਲੈਂਦੇ ਸੀ ਟੀਕੇ ਟੁਕੇ ਲਾ ਲੈਂਦੇ ਸੀ ਅੱਛਾ ਇਹ ਦੂਜਾ ਉਹਨੇਗੇ ਤਿੰਨੇ ਵੀ ਅੰਬਲੀ ਹੀ ਤਿੰਨੇ ਬੰਦੇ ਆ ਖਾਣ ਪੀਣ ਵਾਲੇਗੇ ਅਹੀਂ ਵੀ ਇਹ ਨਹੀਂ ਕੋਈ ਨਾਮ-ਦਾਮ ਕਿਸੇ ਲਿਆ ਖਾਣ ਪੀਣ ਵਾਲੇ ਵੇਚਦੇ ਤਾਂ ਨਹੀਂ ਸੀ ਨਹੀਂ ਵੇਚਦੇ ਨਹੀਂ ਇਹੋ ਜਿਹਾ ਕਾਰੋਬਾਰ ਨਹੀਂ ਕਰਦੇ ਸੀ ਬਸ ਮਸ਼ੀਨਾਂ ਤੇ ਚਲੇ ਜਾਂਦੇ ਸੀ ਤੋ ਤੇੰਤਨ ਮਹੀਨੇ ਚਾਰ ਚਾਰ ਲਾ ਕੇ ਆ ਗਿਆ ਜੇ ਉੱਥੇ ਨੇੜੇ ਗਿਆ ਤੇ ਇਥੇ ਸੀਜ਼ਨ ਜਲਦੀ ਖਤਮ ਹੋ ਜਾਂਦਾ ਸੀ ਫੇਰ ਉਹ ਉੱਥੂਗਾ ਚਲੇ ਜਾਂਦੇ ਸੀ ਤਾਂ ਫੇਰ ਵਾਪਸ ਆ ਜਾਂਦੇ ਸੀ ਜਿੰਨੇ ਜਿਹੜੇ ਆ ਉਹ ਇੱਕੋ ਮਸ਼ੀਨ ਤੇ ਜਾਂਦੇ ਸੀ ਕਿ ਅਲੱਗ-ਅਲੱਗ ਨਹੀਂ ਉਹ ਤੋਂ ਅਲੱਗ-ਅਲੱਗ ਹੋ ਜਾਂਦੇ ਸੀ ਉੱਥੇ ਦੋ ਮਸ਼ੀਨਾਂ ਤੇ ਹੋ ਜਾਂਦੇ ਸੀ ਤੇ ਇਥੋਂ ਇਕੱਠੇ ਜਾਂਦੇ ਸੀ ਤੇ ਇਕੱਠੇ ਹੀ ਘਰੇ ਮੁੜ ਕੇ ਆਂਦੇ ਸੀ ਹੁਣ ਤੁਹਾਨੂੰ ਇਹ ਪਤਾ ਕਦੋਂ ਲੱਗਾ ਕਿਵੇਂ ਲੱਗਾ ਕਿ ਉਹ ਪਾਕਿਸਤਾਨ ਚਲੇ ਗਏ ਇਹ ਤਾਂ ਹੁਣ ਸਾਨੂੰ ਖਬਰ ਆਈ ਸੀ ਤੁਹਾਨੂੰ ਤਾਂ ਪਤਾ ਲੱਗਿਆ ਸੀ ਅਜ ਤਹੇ ਵੀ ਨਹੀਂ ਯਕੀਨ ਕਰਦੇ ਸੀ ਜਦੋਂ ਆਂਦੇ ਸੀ ਮਸ਼ੀਨਾਂ ਦੇਖੇ ਨੇ ਤੇ ਇਹ ਤਾਂ ਜਦੋਂ ਖਬਰ ਆਈ ਸਾਨੂੰ ਗਵਾਂਡੀਆਂ ਦਾ ਮੁੰਡਾ ਆਇਆ ਬੁਲਾਣ ਤੇ ਅਸੀਂ ਉਹਨਾਂ ਦੇ ਘਰੇ ਜਾ ਕੇ ਵੇਖਾ ਤੇ ਆਂਦੇ ਆ ਵੇਖੋ ਟੋਡੇ ਨੇ ਤੇ ਹੁਣ ਸੰਤ ਪਤਾ ਲੱਗਾ ਏ ਤੇ ਅਸੀਂ ਤਾਂ ਬੜੇ ਪਰੇਸ਼ਾਨ ਹੈ ਗਿਆਂ ਬੱਚੇ ਵੀ ਪੜ੍ਹਾਈ ਰੁਕੀ ਖੜੀ ਏ ਪਾਣੀ ਤੁਸੀਂ ਵੇਖ ਕੇ ਆਏ ਹੋ ਅੱਗੇ ਕਿ ਮੇ ਖੜਾਏ ਪਾਣੀ ਬੱਚਿਆਂ ਨੂੰ ਵੀ ਨਿਕਾਲ ਸਕਨੇ ਆ ਹੁਣ ਤੁਹਾਨੂੰ ਕੀ ਤੁਹਾਡੀ ਮੰਗ ਆ ਪਾਕਿਸਤਾਨ ਸਰਕਾਰ ਸਾਡੀ ਤੇ ਇਹ ਮੰਗ ਹੈ ਉਸ ਉਹਨਾਂ ਦੀ ਸਰਕਾਰ ਨੂੰ ਵੀ ਇਹਨਾਂ ਨੂੰ ਵਾਪਸ ਭੇਜ ਦੇਣ ਇੰਡੀਆ ਦੀ ਜੇਲ੍ਹ ਚ ਕਿਉਂ ਉੱਥੇ ਅਸੀਂ ਨਾ ਜਾ ਸਕਦੇ ਤੇ ਨਾ ਆ ਸਕਦੇ ਨਾ ਸਾਡਾ ਕੋਈ ਫੋਨ ਜਾਣਾ ਉਧਰ ਨਾ ਉਧਰ ਦਾ ਸਾਨੂੰ ਪਤਾ ਹੁਣ ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਜਿੰਦੇ ਨੇ ਕਿ ਕੀ ਕੀਤਾ ਉਹਨਾਂ ਕੀ ਨਹੀਂ ਕੀਤਾ ਖਬਰ ਤਾਂ ਗੱਲ ਹੀ ਜਾਂਦੇ ਸਾਡੇ ਨਾਲ ਗੱਲ ਤਾਂ ਨਹੀਂ ਹੋਈ ਅਜੇ ਤੱਕ ਸਾਨੂੰ ਤਾਂ ਇਹ ਨਹੀਂ ਪਤਾ ਹੈਗਾ ਵੀ ਉਹਨਾਂ ਨੂੰ ਹੁਣ ਕੱਲ ਨੂੰ ਕੋਈ ਕੁਝ ਕਰ ਦੇਣ ਤੇ ਸਾਨੂੰ ਤਾਂ ਬਾਅਦ ਚ ਹੀ ਪਤਾ ਲੱਗਣਾ ਹੈ ਅਸੀਂ ਨਾ ਉਧਰ ਐਨੇ ਨਾ ਹੀ ਪੜੇ ਲਿਖੇ ਨਾ ਕੋ ਸਾਡੇ ਮਗਰ ਇੰਨੀ ਪਹੁੰਚੇਗੀ ਅਸੀਂ ਗਰੀਬ ਹੈਗੇ ਆ ਕਿੱਲਾ ਡੇਡ ਪੈਲੀਦਾ ਹੈਗਾ ਏ ਤੇ ਉਹੀ ਸਾਡਾ ਕਮਾਵਣ ਵਾਲਾ ਗਾਹੀਂ ਉਹ ਤੌਣ ਉਧਰੇ ਗਾਏ ਹੁਣ ਤਾਂ ਸਾਡੇ ਖਰ ਦਾ ਉਹ ਮੰਧਾਲ ਹੋ ਗਿਆ ਉਹ ਦਿਨ ਦਾ ਜੇ ਦਿਨ ਦਾ ਉਹ ਨਹੀਂ ਕਰੇਗਾ ਤੇ ਅਸੀਂ ਤੇ ਇਹੀ ਸਰਕਾਰਾਂ ਸਾਰੀਆਂ ਨੂੰ ਮੰਗ ਕਰਨੇ ਆ ਬੇਨਤੀ ਕਰਨੇ ਆ ਵੀ ਸਾਡੇ ਬੰਦੇ ਵਾਪਸ ਲਿਆਂਦੇ ਜਾਣ ਤਿੰਨੇ ਹੀ ਵਾਪਸ ਲਿਆਂਦੇ ਜਾਣ ਤੇ ਅਸੀਂ ਤੇ ਇਹੀ ਜਲਦ ਤੋਂ ਜਲਦ ਇੱਥੋਂ ਦੀ ਜੇਲ੍ਹ ਚ ਲਿਆਂਦਾ ਜਾਵੇ ਤੇ ਕੋਈ ਸਾਡੀ ਸਣਾਈ ਨਹੀਂ ਅਜੇ ਹੋਈ ਅਜੇ ਤੱਕ ਹੋਣੀ ਸਣਾਈ ਹੋ ਜਾਵੇ ਸਾਡੇ ਆ ਮੇਰੇ ਦੋ ਬੱਚੇ ਆ ਤੇ ਮੈਂ ਆ ਨਰੇਗਾ ਦਾ ਕੰਮ ਜਾਨੀ ਆ ਤੇ ਨਹੀਂ ਸਾਡਾ ਕੋਈ ਉਹ ਫਾਹਲੇਗਾ ਹੀ ਕਿਲਾ ਡੇਡ ਉਹ ਵੀ ਸਾਡਾ ਬਰਬਾਦ ਹੋ ਗਿਆ ਉਹ ਵੀ ਦਰਿਆ ਦੇ ਪਾਣੀ ਨਾਲ ਡੁੱਬ ਗਿਆ ਤੇ ਬਸ ਇਹੋ ਹੀ ਸਾਡਾ ਕਰਨ ਕਮਾਉਣ ਵਾਲਾ ਸੀ ਤੇ ਆ ਸਾਡਾ ਘਰਬਾਰ ਇਹ ਆ ਸਾਡਾ ਹਰਾ ਕੁਛ ਬਸ ਹੁਣ ਅਸੀਂ ਤੇ ਇਹ ਹੀ ਚਾਹਨੇ ਆ ਮੋਦੀ ਸਰਕਾਰ ਨੂੰ ਤੇ ਇਨਾਂ ਸਾਰੀਆਂ ਸਰਕਾਰਾਂ ਨੂੰ ਸਾਡੇ ਵੱਲੋਂ ਬੇਨਤੀ ਏ ਵੀ ਸਾਡੇ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ ਕਿਉਂਕਿ ਉਹਨਾਂ ਦੇ ਬੱਚੇ ਅਡੀਕ ਕਰ ਰਹੇ ਆ ਵੀ ਆ ਜਾਣ ਇੱਥੇ ਤਾਂ ਹੀ ਚਲੋ ਮਿਲਣਾ ਤੇ ਮੁਲਾਕਾਤ ਕਰ ਲਾਂ ਤੇ ਜਾਂ ਕਿਵੇਂ ਵੀ ਅਸੀਂ ਮਿਲਣਾਂ ਦੇ ਪਰ ਉਧਰ ਤਾਂ ਅਸੀਂ ਜਾ ਨਹੀਂ ਸਕਦੇ ਤੇ ਨਾ ਹੀ ਆ ਸਕਦੇ ਉਧਰ ਮਾਤਾ ਜੀ ਤੁਹਾਡਾ ਬੱਚਾ ਪਾਕਿਸਤਾਨ ਚਲਾ ਗਿਆ ਕੀ ਮੰਗ ਕਰਦੇ ਜੇ ਸਰਕਾਰਾਂ ਤੋਂ ਅਸੀਂ ਮੰਗ ਕਰਨੇ ਵੀ ਹਾਂ ਤੇ ਕੋਲ ਆ ਜਾਵੇ ਹਟਾਵੇ ਅਹੀਏ ਮੰਗ ਕਰਨੇ ਸਰਕਾਰ ਨੂੰ ਆਨੇ ਵਿਆਹ ਤੇ ਕੋਲ ਆ ਜਾਵੇ ਬੱਚਾ ਹਾ ਦਾ ਅਹੀ ਬਹੁਤ ਪਹੇਚਾਨ ਹੈ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹ ਪਾਕਿਸਤਾਨ ਨੂੰ ਨਿਕਲ ਗਿਆ ਹਾਂ ਨੂੰ ਪਤਾ ਲੱਗਾ ਖਬਰ ਆਈ ਇਹ ਤੁਹਾਨੂੰ ਅੱਗੇ ਕੋਈ ਨਹੀਂ ਪਤਾ ਹੀ ਹੂੰ ਇੱਥੋਂ ਆਂਦਾ ਹਿੰਮਤੇਨ ਤੇ ਚੱਲੇ ਹਾਂ ਅਈਏ ਮੰਗ ਕਰਨੇ ਵਿਆਹ ਤਾਂ ਵੜਾ ਇੱਥੇ ਆ ਜਾਵਣ ਅਚਾਨੇ ਆਣਾ ਵੀ ਵਾਪਸ ਕਰ ਦੇਣ ਚੱਲ ਤੇ ਇਧਰ ਦੀ ਸਾਡੀ ਸਰਕਾਰ ਕੋਈ ਇਧਰ ਹੈਗੇ ਉਹਨਾਂ ਦੇ ਇਹ ਉਧਰ ਕੱਲ ਦੇਣ ਤੋਂ ਇਧਰ ਕੱਲ ਦੇਣ ਉਹਨਾਂ ਨੂੰ ਇਹ ਜੇਲ੍ਹ ਚ ਅਸੀਂ ਇਹ ਨਹੀਂ ਕਹਿੰਨੇ ਚਲ ਸਾਡੇ ਘਰੇ ਕੱਲ ਦੇਣਾ ਉਹਨਾਂ ਦੇ ਐਂਡ ਤੋਂ ਹੁੰਦਾ ਉਧਰੋਂ ਜੇ ਕੋਈ ਅਪਰਾਧ ਕਰਕੇ ਇਧਰ ਆਇਆ ਤੇ ਉਹਦੇ ਵੱਟੇ ਐਵੇਂ ਛੱਡਣਾ ਸਰਕਾਰ ਐਵੇਂ ਨਹੀਂ ਛੱਡਦੀਆਂ ਹੁੰਦੀਆਂ ਤੇ ਚਲ ਕੋਈ ਵੀ ਕਿਵੇਂ ਵੀ ਆ ਆਪਾਂ ਸਰਕਾਰ ਨੂੰ ਇਹੋ ਹੀ ਬੇਨਤੀ ਕਰਨੇ ਆ ਵੀ ਆਪਣੇ ਵਾਸਤੇ ਬੇਨਤੀ ਹੈ ਨਾ ਆਪਣੇ ਮਗਰ ਕੋਈ ਇੰਨੀ ਵੀ ਵੱਡੀ ਕੋਈ ਕਾਰਨ ਹੈਗਾ ਏ ਵੀ ਗਰੀਬ ਹੈਗੇ ਆ ਉਹ ਜੋ ਸੱਚੀ ਦਿਹਾੜੀ ਕਰਨ ਵਾਲਾ ਸੀ ਕਮਾਉਣ ਵਾਲਾ ਸੀ ਤੇ ਹੁਣ ਸਾਡਾ ਜੋ ਉਧਰ ਹੈਗਾ ਏ ਤੇ ਅਸੀਂ ਤਾਂ ਹੁਣ ਅੱਜ ਬੈਠੇ ਆਂ ਐਵੇਂ ਹੀ ਰੋਟੀ ਪਾਣੀ ਤੋਂ ਵੀ ਬੈਠੇ ਆਂ ਵੀ ਜਦੋਂ ਉਹ ਅੰਦਾ ਹੀ ਕਰੇ ਤੇ ਸੁਖ ਸ਼ਾਂਤੀ ਹਿਤ ਹੁਣ ਉਸ ਦਿਨ ਤੇ ਬੱਚੇ ਵੀ ਰੋਈ ਕਰਲਾਈ ਜਾਂਦੇ ਨੇ ਇਹੀ ਕਹਿੰਦੇ ਨੇ ਵੀ ਚਲੋ ਉਹਨੂੰ ਵਾਪਸ ਲਿਆਂਦਾ ਜਿਵੇਂ ਅਸੀਂ ਵੇਖ ਲਾਂਦੇ ਮਹੀਨਾ ਹੋ ਗਿਆ ਇਹਨਾਂ ਤਾਂ ਸ਼ਕਲ ਹੀ ਨਹੀਂ ਵੇਖੀ ਹੁੰਦੀ ਜਿਉਨੇ ਪਤਾ ਲੱਗਾ ਜੀ ਦੋ ਭਰਾਈ ਸੀ ਸਰਕਾਰਾਂ ਨੂੰ ਕਰਨ ਹੈ ਜੀ ਸਾਡਾ ਜੀ ਨੋ ਡਾਡੀ ਜੀ ਵਾਸ ਕਾਲ ਦੇ ਨਾ ਤੇ ਤੈਨੂੰ ਕਿਦੋਂ ਪਤਾ ਲੱਗਾ ਕਿ ਪਾਪਾ ਤੇਰਾ ਜਿਹੜਾ ਹੈ ਉਹ ਪਾਕਿਸਤਾਨ ਚਲੇ ਗਿਆ? ਅਦੋ ਤਿੰਨ ਦਿਨ ਪਹਿਲਾਂ ਖਬਰ ਆਈ ਸੀ ਤੇ ਸਾਡੇ ਘਰੇ ਤਾਂ ਟੀਵੀ ਨਹੀਂ ਹੈਗਾ ਸਾਡੇ ਗਵਾਂਡੀਆਂ ਦੇ ਮਿਲ ਭੱਜ ਕੇ ਇੱਥੇ ਆਈ ਸੀ ਕਹਿੰਦੇ ਕਿ ਤੁਹਾਡੇ ਪਾਪਾ ਦੀ ਫੋਟੋ ਆ ਰਹੀ ਹੈ ਖਬਰ ਦੇ ਵਿੱਚ ਤੇ ਅਸੀਂ ਉਧਰ ਖਬਰ ਵੇਖਣ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਉਹਨਾਂ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਉਹ ਪਾਕਿਸਤਾਨ ਦੇ ਵਿੱਚ ਆ। ਸਾਡੀ ਕੋ ਰਿਕੁਐਸਟ ਆ ਕਿ ਉਹਨਾਂ ਨੂੰ ਵਾਪਿਸ ਕਰ ਦੇਣ ਸਾਡੇ ਉਹਨਾਂ ਦਾ ਮਤਲਬ ਕੋਈ ਐਂਜਾ ਇਰਾਦਾ ਨਹੀਂ ਸੀ ਉਧਰ ਜਾਣ ਦਾ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਜਿੱਦਾਂ ਕਹਿ ਰਿਹਾ ਇਹ ਸਭ ਉਦਾਂ ਉਹੋ ਜੇ ਕੰਮ ਚ ਉਧਰ ਗਏ ਆ ਉਹ ਅਚਾਨਕ ਹੀ ਮੈਨੂੰ ਲੱਗਦਾ ਉਧਰ ਗਏ ਆ ਜਾਂ ਫਿਰ ਹੜ ਦੇ ਵਿੱਚ ਰੁੜੇ ਆ ਇੱਥੋਂ ਗਏ ਸੀ ਮਸ਼ੀਨ ਤੇ ਗਏ ਸੀ ਤੋਂ ਤਿੰਨ ਬੰਦੇ ਨਾਲ ਕੇ ਗਏ ਸੀ ਕਹਿੰਦੇ ਅਸੀਂ ਮਸ਼ੀਨ ਤੇ ਚੱਲੇ ਕੱਪੜੇ ਲੈ ਕੇ ਗਏ ਸੀ ਅੱਛਾ ਦੇ ਉੱਥੋਂ ਕਹਿੰਦੇ ਸੀ ਤੁਹਾਨੂੰ ਫੋਨ ਕਰਾਂਗੇ ਤੇ ਬੱਚਾ ਵਾਵਾ 20 ਦਿਨ ਹੋ ਗਏ ਸਾਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦੀ ਕੋਈ ਪਤਾ ਨਹੀਂ ਲੱਗਾ ਕਿੱਥੇ ਗਏ ਆ ਤੇ ਅਸੀਂ ਫਿਰ ਪੁੱਛਦਾਸ ਕੀਤੀ ਸੀ ਸਾਨੂੰ ਨਹੀਂ ਪਤਾ ਲੱਗਾ ਕਿਦਰ ਹੋ ਵੀ ਤੇ ਅਸੀਂ ਫਿਰ ਪੁਲਿਸ ਥਾਣੇ ਗਏ ਉੱਥੇ ਅਸੀਂ ਰਿਪੋਰਟ ਲਿਖਾ ਕੇ ਆਏ ਸੀ ਕਿ ਸਾਡੇ ਘਰ ਮੇਰੇ ਪਾਪਾ ਨਹੀਂ ਲੱਭ ਰਹੇ ਆ ਕਰਦਾ ਬੰਦਾ ਇੱਕ ਗੁੰਮਸ਼ੁਦਾ ਹੈ ਤੇ ਥਾਣੇ ਵੱਲੋਂ ਸਾਨੂੰ ਕੋਈ ਅੱਗੋ ਜਵਾਬ ਨਹੀਂ ਆਇਆ ਤੇ ਫਿਰ ਖਬਰ ਚ ਹੀ ਸਾਨੂੰ ਪਤਾ ਲੱਗਾ ਸੀ ਕਿ ਉਹ ਉੱਥੇ ਪਾਕਿਸਤਾਨ ਚਾ ਨਈ ਨਸ਼ਾ ਨਹੀਂ ਵੇਚਦੇ ਸੀ ਅੱਜ ਤੱਕ ਸਾਡੇ ਘਰੇ ਇੰਜ ਕੋਈ ਗੱਲ ਨਹੀਂ ਹੋਈ ਸਾਨੂੰ ਤਾਂ ਹਜੇ ਵੀ ਅਸੀਂ ਸੋਚਿਆ ਚੁਪਾਇਆ ਕਿ ਉੱਧਰ ਨੂੰ ਚੱਲ ਚੱਲੇ ਕਿੱਦਾਂ ਗਏ ਕੋਈ ਉਹੋ ਜਿਹੇ ਬੰਦਿਆਂ ਨਾਲ ਲਿੰਕ ਤਾਂ ਨਹੀਂ ਸੀ ਉਹਦੇ ਜਿਹੜੇ ਨਸ਼ਾ ਵੇਚਦੇ ਹੋਣ ਜਾਂ ਕੋਈ ਹੋਰ ਨਾ ਹੀ ਉਹਦਾ ਕਰਤੇ ਹੋਣ ਨਾ ਹੀ ਉਹਨਾਂ ਦਾ ਕਿਤੇ ਵੀ ਲਿੰਕ ਨਹੀਂ ਸੀ ਉਹ ਕੰਮ ਹੀ ਕਰਦੇ ਸੀ ਹਮੇਸ਼ਾ ਮਸ਼ੀਨ ਤੇ ਦੋ ਤਿੰਨ ਤਿੰਨ ਮਹੀਨੇ ਲਾ ਕੇ ਆਉਂਦੇ ਸੀ ਫਿਰ ਆਉਂਦੇ ਸੀ ਤਾਂ ਸਾਣ ਸਾਡੇ ਸਕੂਲ ਦੀ ਫੀਸ ਤਾਰ ਦਿੰਦੇ ਸੀ ਸਾਡੇ ਘਰ ਦੇ ਸੌਦਾ ਪੱਤਾ ਲਿਆਉਂਦੇ ਸੀ ਤਾਂ ਹੁਣ ਕਿਵੇਂ ਆਊਗਾ ਤੇ ਹੁਣ ਤਾਂ ਔਖਾ ਹੀ ਇਹ ਕੰਮ ਸਾਡੇ ਸਕੂਲ ਵੀ ਰੁਕੇ ਆ ਫੀਸ ਸਾਡੀ ਬਹੁਤ ਜ਼ਿਆਦਾ ਪਿਛਲੇ ਟਾਈਮ ਦੀ ਰੁਕੀ ਹੋਈ ਆ ਪਾਪਾ ਨੇ ਤਾਂ ਕਹਿਆ ਸੀ ਕਿ ਮੈਂ ਮਸ਼ੀਨ ਤੋਂ ਆਉਂਗਾ ਐਡਵਾਂਸ ਪੈਸੇ ਲੈ ਕੇ ਤੇ ਤੁਹਾਡੀ ਫੀਸ ਜਮ੍ਹਾਂ ਕਰਾ ਦਾਂਗੇ ਤੇ ਹੁਣ ਤਾਂ ਫੀਸ ਵੀ ਔਖੀ ਦੇਣੀ ਹੋ ਗਈ ਆ ਅਸੀਂ ਕੋਈ ਮੰਗ ਕਰਦੀਆਂ ਕਿ ਉਹਨਾਂ ਨੂੰ ਵਾਪਿਸ ਭੇਜ ਦੇਣ ਇੱਥੇ ਤੇ ਜੇ ਉਹਨਾਂ ਕੋਲੇ ਉੱਥੇ ਕੁਝ ਫੜਿਆ ਗਿਆ ਹੋਇਆ ਫੜਿਆ ਤਾਂ ਨਹੀਂ ਜਾ ਸਕਦਾ ਉਹ ਜਾਣ ਕੇ ਭਾਵੇਂ ਫੜਵਾਨ ਪਰ ਉਹਨਾਂ ਦੇ ਕੋਲੋਂ ਇੱਕ ਚੀਜ਼ ਵੀ ਨਹੀਂ ਫੜੀਤੀ ਹੋਣੀ ਇਹ ਮੈਂ ਪੱਕਾ ਦਾਵਾ ਕਰ ਸਕਦੀ ਹਾਂ ਕਿੰਨਾ ਕੁ ਤੈਨੂੰ ਵਿਸ਼ਵਾਸ ਆ ਆਪਣੇ ਪਾਪਾ ਤੇ ਮੈਨੂੰ ਪੂਰਾ ਵਿਸ਼ਵਾਸ ਆ ਨਹੀਂ ਲੋਕਾਂ ਤੋਂ ਪੁੱਛ ਸਕਦੇ ਹੋ ਤੁਸੀਂ ਲੋਕ ਤਾਂ ਗਰੰਟੀ ਦੇ ਦੇਣਗੇ ਸੋ ਬਿਲਕੁਲ ਬੱਚਿਆਂ ਦਾ ਇਹੀ ਕਹਿਣਾ ਆ ਕਿ ਪਾਪਾ ਉਹਨਾਂ ਦਾ ਜਿਹੜਾ ਹੈਗਾ ਉਹ ਕਿਸੇ ਵੀ ਇਹੋ ਜਿਹਿਆਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਇਨਵੋਲਵ ਨਹੀਂ ਸੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਜਿਹੜੀ ਆ ਉਹ ਰਿਲੀਫ ਦੇਵੇ ਤਾਂ ਕਿ ਜਿਹੜਾ ਹੈਗਾ ਉਹ ਵਾਪਸ ਆ ਕੇ ਆਪਣੇ ਬੱਚਿਆਂ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਜਿਵੇਂ ਉਹ ਮਿਹਨਤ ਮਜ਼ਦੂਰੀ ਕਰਕੇ ਪਹਿਲਾਂ ਕੰਬਾਇਨ ਤੇ ਜਾ ਕੇ ਕਮਾਈ ਕਰਦਾ ਸੀ ਉਸੇ ਤਰੀਕੇ ਦੇ ਨਾਲ ਦੁਬਾਰਾ ਆ ਕੇ ਇਸ ਪਰਿਵਾਰ ਨੂੰ ਸੰਭੇ ਤੇ ਜੇ ਪਾਕਿਸਤਾਨ ਸਰਕਾਰ ਦਾ ਰੁਖ ਸਖਤ ਰਹਿੰਦਾ ਤਾਂ ਇਸ ਪਰਿਵਾਰ ਦਾ ਜੀਣਾ ਜਿਹੜਾ ਉਹ ਦੁੱਬਰ ਹੋ ਜਾਊਗਾ ਇਹ ਤੇਰਾ ਦੋਸਤ ਹੈ ਹਾਂਜੀ ਉਹਦਾ ਅਸੀਂ ਉਹ ਮੈਂ ਆਪਣੇ ਘਰ ਖੇਡ ਨਹੀਂ ਆਉਂਦਾ। ਅੱਛਾ ਤੂੰ ਕਹਿੰਦਾ ਰੋਟੀ ਨਹੀਂ ਖਾਧੀ ਕੀ ਹੋਇਆ ਸੀ? ਇਹ ਆਂਦਾ ਦਿਲ ਛੱਡ ਗਿਆ ਸੀ ਉਹਦਾ ਮੈਨੂੰ ਪਾਪਾ ਨਹੀਂ। ਅੱਛਾ ਆਂਦਾ ਜੀ ਉਧਰ ਆ ਪਿਆ। ਅੱਛਾ ਫਿਰ ਤੂੰ ਕੀ ਕਹਿਣਾ? ਅਸੀਂ ਕਹਿਣੇ ਤੇ ਪਾਪਾ ਮੋੜਨ ਵਾਪਸ। ਵਾਪਸ ਆ ਜਾ। ਹਾਂਜੀ। ਅਸੀਂ ਤਾਂ ਸਰਕਾਰ ਨੂੰ ਅਹੀਂ ਕਹਿਣਾ ਹੈ ਇਹਦੇ ਪਾਪਾ ਵਾਪਸ ਆ ਜਾਣ। ਨਿਹਾਲਾ ਕਿਲਚਾ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਹਾਂ ਜਿੱਥੋਂ ਦੇ ਤਿੰਨ ਨੌਜਵਾਨ ਜਿਹੜੇ ਆ ਉਹ ਪਾਕਿਸਤਾਨ ਨੂੰ ਚਲੇ ਗਏ ਤੇ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਉਹ ਤਿੰਨ ਜਿਹੜੇ ਤਿੰਨ ਮੁੰਡੇ ਪਾਕਿਸਤਾਨ ਗਏ ਨੇ ਉਹਨਾਂ ਬਾਰੇ ਪੁੱਛਦੇ ਹਾਂ ਵੀ ਉਹ ਤਿੰਨੇ ਹੈ ਕਿਵੇਂ ਦੇ ਸੀ ਸੱਸੀਓ ਬਾਬਾ ਜੀ ਸਤ ਸ੍ਰੀ ਅਕਾਲ ਜੀ ਜਿਹੜੇ ਮੁੰਡੇ ਪਾਕਿਸਤਾਨ ਨੂੰ ਚਲੇ ਗਏ ਆ ਹਾਂਜੀ ਹਾਂਜੀ ਉਹ ਕਿਹੜੇ ਕਿਹੜੇ ਕੀ ਨਾਂ ਸੀ ਉਹਨਾਂ ਦੇ ਪੁੱਲਾ ਇੱਕ ਦੇ ਨਾਂ ਸਹੀ ਭੋਗੜ ਹੂੰ ਤੇ ਇੱਕ ਦੇ ਨਾਂ ਆ ਲਾਲਾ ਲਾਲਾ ਉਹਨੂੰ ਵੈਸੇ ਆ ਦੇ ਤਿੰਨੇ ਨਾਂ ਦੱਸ ਦੇ ਪਹਿਲੇ ਹਾਂ ਅੱਛਾ ਤੇ ਇੱਕ ਜਗਿੰਦਰ ਜਗਿੰਦਰ ਕਿਵੇਂ ਦਾ ਬੰਦਾ ਹੈ ਬਿਲਕੁਲ ਸਾਡੇ ਕੋਲੇ ਤੇ ਇੱਥੇ ਬਿਲਕੁਲ ਸਾਫ਼ ਸੀ ਨਸ਼ਾ ਨੁਸ਼ਾ ਸਾਂ ਖਾਂਦੇ ਸੀ ਹਾਂ ਹਾਂ ਹੋਰ ਬਿਲਕੁਲ ਸਾਡੇ ਕੋਲ ਨਸ਼ਾ ਵੇਚਦੇ ਨਾ ਵੇਚਦੇ ਨਹੀਂ ਖਾਂਦੇ ਜ਼ਰੂਰ ਸੀ ਅਸੀਂ ਵੇਚਦੇ ਨੂੰ ਨਹੀਂ ਵੇਖਿਆ ਇਹ ਬਿਲਕੁਲ ਸਾਫ਼ ਸੀ ਇੱਥੇ ਸਭ ਬਿਲਕੁਲ ਸਾਫ਼ ਆਹੀ ਵੇਖਿਆ ਮੈਂ ਚੌਕੀਦਾਰ ਹਾਂ ਅੱਛਾ ਹਾਂ ਜ਼ਿੰਮੇਦਾਰ ਬੰਦੇ ਹੋ ਤੁਸੀਂ ਹਾਂਜੀ 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 ਸਹੀ ਗੱਲ ਦੱਸਿਆ ਜੀ ਬਿਲਕੁਲ ਸਹੀ ਅੱਛਾ ਜੀ ਏ ਆਪਣੇ ਕੋਲੇ ਤਾਂ ਉਹਨਾ ਹੀ ਸੰਸਾ ਵੇਖਿਆ ਕੁਛ ਨਹੀਂ ਐਵੇਂ ਝੂਠ ਮਾਰੀਏ ਪਿੰਡ ਦੇ ਵਿੱਚ ਬੈਠੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉਧਰ ਚਲੇ ਗਿਆ ਉਧਰ ਉਹ ਸਾਨੂੰ ਤਾਂ ਇਹ ਖਬਰ ਜਦੋਂ ਆਈ ਉਦੋਂ ਪਤਾ ਲੱਗਾ ਹੂੰ ਨਹੀਂ ਜੇ ਸੱਕ ਹਰ ਥਾਂ ਸੇ ਆਵਦੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰਦੇ ਸੀ ਹੂੰ ਉਹਨਾਂ ਆਖਿਆ ਵੀ ਇਹ ਇੱਥੇ ਬੰਦੇ ਨਹੀਂ ਆਏ ਹੂੰ ਇਹ ਜਦੋਂ ਖਬਰ ਆਈ ਉਦੋਂ ਪਤਾ ਲੱਗਾ ਨਹੀਂ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਇਹ ਮੰਗ ਕਰਨੇ ਵੀ ਸਾਡੇ ਬੰਦੇ ਵਾਪਸ ਆਉਣੇ ਚਾਹੀਦੇ। ਉਹ ਨਸ਼ਾ ਤੈ ਨਹੀਂ ਕਰਦੇ ਸੀ। ਅੱਛਾ। ਜਿਹੜਾ ਵੇਚਦੇ ਵੀ ਨਹੀਂ ਸੀ ਮਗਰ ਲਾਇਕ ਕਿ ਤੇ ਆਪ ਦਾ ਆਪ ਦਾ ਕਾਰੋਬਾਰ ਕਰਦਾ ਸੀ ਜਿਹੜਾ ਪੀਂਦੇ ਖਾਂਦੇ ਸੀ ਬੱਸ। ਨਸ਼ਾ ਵੀ ਨਹੀਂ ਸੀ। ਹਨ ਵੀ ਨਹੀਂ ਸੀ। ਸੋ ਇਹ ਜਿਹੜੇ ਲੋਕ ਨੇ ਪਿੰਡ ਦੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਿਹਾ ਕਿ ਨਸ਼ਾ ਜਿਹੜਾ ਹੈਗਾ ਉਹ ਵੇਚਦੇ ਨਹੀਂ ਸੀ। ਜਿਹੜਾ ਨਾਰਮਲ ਨਸ਼ਾ ਜਿਹੜਾ ਉਹ ਆਪ ਕਰਦੇ ਸੀਗੇ ਪਰ ਹੁਣ ਦੇਖਣਾ ਹੋਊਗਾ ਕਿ ਪਾਕਿਸਤਾਨ ਸਰਕਾਰ ਜਿਹੜੀ ਆ ਉਹ ਕਿਸ ਐਂਗਲ ਤੋਂ ਇਹਨਾਂ ਨੂੰ ਦੇਖਦੀ ਆ। ਤੇ ਇਹਨਾਂ ਨੌਜਵਾਨਾਂ ਨੂੰ ਵਾਪਸ ਕਰਦੀ ਹੈ ਜਾਂ ਇਹਨਾਂ ਨੂੰ ਸਜ਼ਾ ਦੇ ਤੌਰ ਤੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ தੱਕ ਦਿੱਤਾ ਜਾਂਦਾ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ